स्मार्ट पंजाब मुहिम के तहत पहुंचे हैं सरकारी एलीमेंट्री स्कूल खैराबाद अमृतसर। सो पंजाब दे विच सरकारी स्कूलों की गल की जाए तो हज़ार तो उपर सरकारी स्कूल ने जिन्हां दे विच स्मार्ट क्लासेस लगाउण वास्ते पहल की है डेटा वेंड ने। सो समय के हिसाब के नाल पढ़ाई के ढंग तरीके बदल रहे हैं। सरकारी स्कूलों के इन्हां बच्चों तक डाटा वेंट के वलों एक अच्छी मुहिम की शुरुआत की गई है। स्मार्ट क्लासेस के नाल जिथे बच्चों की अटेंडेंस के भारी वाधा होया है उसके एडमिशन के भी काफ़ी फर्क पिया आ, तो बच्चों की पढ़ाई के रुचि भी वधी आ। मेरे हाथ के जिहड़ा रजिस्टर है इस देखा जाए तो पहला के मुकाबले हुण खासा फर्क नज़र आ रहा है। डाटा विंड प्रोजैक्टर जो कि अज तो कोई 10 महीने पहला साडे स्कूल विच लग्या तो ये लगवाया सी सरदार जीवन सिंह जी USA वाले ने सानू प्रोवाइड की ये फैसिलिटी। इहदे विच सानू टीचर्स नू भी थोड़ा ईजी हो जाता तो बच्चों भी बच्चे जड़े ने वो बड़ी जल्दी तो बड़े इंटरस्टिंग वे दे नाल सीखते हैं। तो इहदे विच जो भी कॉन्टेंट आ वह फस्ट क्लास तो लैके फिफ्थ क्लास तक वा पहली तो पंजवीं तक के सारे बच्चों का सारा सिलेबस इंग्लिश हिंदी तो पंजाबी ईवन के EVS मैथ जिस तरह पहाड़े ने बच्चे पहाड़े बहुत इंटरस्टिंग वे दे नाल सीखते हैं। हरेक बच्चे का दिल करता है कि वह पढ़े पर घर दियाँ मजबूरियां कई बार बच्चों नूं स्कूलों तक पहुँचने नहीं दिंदियां, पर जिहड़े बच्चे स्कूलों तक पहुँचते हैं वो उस तरह की म्यारी विद्या हासिल करन दे विच ना कामयाब रहिंदे ने जिवें दी प्राइवेट स्कूलों दे विच पढ़न वाले बच्चों नूं विद्या मिलती है। सो असी जिस स्कूल दे विच पहुंचे हैं इतों के बच्चों का भी फीडबैक लवेंगे तो टीचर्स के नाल भी करांगे गलबात तो उन्हां तों जाणांगे कि डाटा वेंट दियां स्मार्ट क्लासेस उन्हां नूं किवें दा लाभ पहुँचा रही ने। आज निकिया जिंदा ने वड्डा साका करना है। चलो भाई चलो, देरी ना करो। अज आपां इन्हां अखरां तों बणदियां वख-वख धुनियां नूं मुहारनी दे रूप विच पढ़िए। मुहारनी सस्सा तों खखा तक। ਸਾਨੂੰ ਅੱਜ ਤੋਂ 1 ਸਾਲ ਪਹਿਲਾਂ ਸਰਦਾਰ ਸੁਰਿੰਦਰ ਸਿੰਘ ਜੀ ਰਹੇਜਾ ਅਤੇ ਸਰਦਾਰ ਗੁਲਜ਼ਾਰ ਸਿੰਘ USA ਵੱਲੋਂ ਡਾਟਾ ਵਿੰਡ ਕੰਪਨੀ ਦੇ ਸਹਿਯੋਗ ਨਾਲ ਇਹ ਮਿਨੀ ਲੈਪਟੋਪ ਨਾਲ ਇਹ ਸਪੀਕਰ ਨਾਲ ਹੀ ਇਹ ਪ੍ਰੋਜੈਕਟਰ ਵਿਦ ਐਕਸਟੈਂਸ਼ਨ ਦਿੱਤਾ ਗਿਆ ਸੀਗਾ ਜਿਸ ਨਾਲ ਸਾਡੇ ਸਕੂਲ ਦੀ ਐਜੂਕੇਸ਼ਨ ਦੇ ਵਿੱਚ ਬਹੁਤ ਵੱਡਾ ਸੁਧਾਰ ਹੋਇਆ ਹੈ।
ਬੱਚਿਆਂ ਦੇ ਵਿੱਚ ਵੀ ਇੰਟਰਸਟ ਵਧਿਆ ਹੈ ਅਤੇ ਸਾਡੀ ਕੁੱਲ ਸਕੂਲ ਦੇ ਵਿੱਚ ਗਿਣਤੀ ਦੇ ਵਿੱਚ ਵੀ ਵਾਧਾ ਹੋਇਆ ਹੈ। ਅੱਜ ਤੋਂ ਇੱਕ ਸਾਲ ਪਹਿਲਾਂ ਸਾਡੇ ਸਕੂਲ ਦੇ ਵਿੱਚ ਕੁੱਲ ਬੱਚਿਆਂ ਦੀ ਗਿਣਤੀ ਲਗਭਗ 326 ਦੇ ਕਰੀਬ ਸੀ, ਜਿਹੜੀ 365 ਦੇ ਕਰੀਬ ਚਲੀ ਗਈ ਹੈ। ਅਤੇ ਬੱਚਿਆਂ ਦੇ ਵਿੱਚ ਇੱਕ ਇੱਕ ਨਵੀਂ ਕਰਿਓਸਟੀ ਪੈਦਾ ਹੋਈ ਹੈ। ਇੱਕ ਤਾਂ ਉਹ ਪੜ੍ਹ ਕੇ ਸਿੱਖਦੇ ਨੇ, ਇੱਕ ਦੇ ਨਾਲ ਉਹ ਜਿਹੜੇ ਐਨੀਮੇਸ਼ਨਸ ਆ ਜਿਹੜੀ ਕਿ ਇਹਦੇ ਵਿੱਚ ਦਿੱਤਾ ਗਿਆ ਹੈ ਪ੍ਰੋਜੈਕਟ ਦੇ ਵਿੱਚ, ਉਹ ਸਿਲੇਬਸ ਬਹੁਤ ਲਾਹੇਵੰਦ ਹੋ ਰਿਹਾ। ਨਾਲ ਦੀ ਨਾਲ ਇੱਕ ਪ੍ਰੀ ਪ੍ਰਾਇਮਰੀ ਦਾ ਪੂਰਾ ਸਿਲੇਬਸ ਹੈ ਜਿਹੜਾ ਕਿ ਇਸ ਵਿੱਚ ਹੈਗਾ, ਉਹ ਵੀ ਸਾਡੇ ਲਈ ਬਹੁਤ ਫਾਇਦੇਮੰਦ ਹੋਇਆ ਹੈ। ਬੱਚੇ ਪ੍ਰੀ ਪ੍ਰਾਇਮਰੀ ਵਾਲੇ ਵੀ ਇਸ ਵਿੱਚ ਆ ਕੇ ਬਹੁਤ ਖੁਸ਼ੀ ਮਹਿਸੂਸ ਕਰਦੇ ਨੇ। ਅਤੇ ਈਵਨ ਕਿ ਸਾਡੇ ਤਾਂ ਮੋਹਾਰਨੀ ਦੇ ਵਿੱਚ ਇੱਕ ਮੋਹਾਰਨੀ ਦੇ ਬਹੁਤ ਵਧੀਆ ਇਹਦੇ 'ਚ ਚੈਪਟਰਸ ਨੇ ਜਿਹੜੀਆਂ ਐਨੀਮੇਸ਼ਨ ਰਾਹੀਂ ਸਿਖਾਇਆ ਗਿਆ, ਉਹਦੇ ਨਾਲ ਹੀ ਵੀ ਬੱਚਿਆਂ ਦੇ ਵਿੱਚ ਬੜੀ ਜ਼ਿਆਦਾ ਕਿਊਰੀਓਸਿਟੀ ਪੈਦਾ ਹੋਈ ਹੈ ਅਤੇ ਬੱਚੇ ਬਹੁਤ ਚੰਗੇ ਢੰਗ ਨਾਲ ਸਿੱਖ ਪਾ ਰਹੇ ਨੇ। ਜਿਹਨਾਂ ਸਕੂਲਾਂ ਦੇ ਵਿੱਚ ਡਾਟਾ ਵਿੰਡ ਦੇ ਪ੍ਰੋਜੈਕਟਰ ਲੱਗੇ ਉਹਨਾਂ ਸਕੂਲਾਂ ਦੇ ਵਿੱਚ ਅਸੀਂ ਪਹੁੰਚ ਰਹੇ ਹਾਂ ਅਤੇ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਉੱਥੇ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ, ਕਿਵੇਂ ਚੱਲ ਰਹੀਆਂ ਨੇ ਸਮਾਰਟ ਕਲਾਸਿਸ। ਅੰਦਰ ਚੱਲਦੇ ਹਾਂ ਸਕੂਲ ਦੇ ਅਤੇ ਦੇਖਦੇ ਹਾਂ ਕਿ ਬੱਚੇ ਕਿਵੇਂ ਪੜ੍ਹ ਰਹੇ ਆ। ਸੋ ਅਸੀਂ ਇਸ ਵੇਲੇ ਸਮਾਰਟ ਕਲਾਸ ਦੇ ਵਿੱਚ ਖੜ੍ਹੇ ਹਾਂ ਅਤੇ ਬੱਚੇ ਜਿਹੜੇ ਆ ਉਹ ਆ ਕੇ ਕਲਾਸ ਦੇ ਵਿੱਚ ਬੈਠ ਚੁੱਕੇ ਆ। ਸੋ ਪੜ੍ਹਨ ਦੀ ਉਹਨਾਂ ਦੀ ਤਿਆਰੀ ਜਿਹੜੀ ਆ ਉਹ ਹੋ ਗਈ ਆ ਅਤੇ ਹੁਣ ਇਹ ਸਮਾਰਟ ਕਲਾਸ ਜਿਹੜੀ ਆ ਉਹ ਸ਼ੁਰੂ ਹੋਵੇਗੀ। ਤੁਸੀਂ ਦੇਖ ਸਕਦੇ ਜੇ ਕਿ ਇੱਥੇ ਪੂਰਾ ਪ੍ਰੋਜੈਕਟਰ ਜਿਹੜਾ ਆ ਉਹ ਪਿਆ ਹੋਇਆ ਆ ਅਤੇ ਸਮਾਰਟ ਕਲਾਸ ਜਿਹੜੀ ਸ਼ੁਰੂ ਹੋਣ ਵਾਲੀ ਹੈ। ਛੋਟੇ ਬੱਚੇ ਇਹ ਉਹਨਾਂ ਪਰਿਵਾਰਾਂ ਦੇ ਬੱਚੇ ਨੇ ਜਿਹੜੇ ਵਾਕਿਆ ਹੀ ਲੋੜਵੰਦ ਪਰਿਵਾਰ ਨੇ, ਜਿਹਨਾਂ ਨੂੰ ਜ਼ਰੂਰਤ ਹੈ ਅਜਿਹੀਆਂ ਸਮਾਰਟ ਕਲਾਸਿਸ ਦੀ, ਜਿਹੜੇ ਅਫੋਰਡ ਨਹੀਂ ਕਰ ਸਕਦੇ ਪ੍ਰਾਈਵੇਟ ਸਕੂਲਾਂ ਨੂੰ। ਅਤੇ ਸਰਕਾਰੀ ਸਕੂਲਾਂ ਦੇ ਵਿੱਚ ਵੀ ਅਜਿਹਾ ਇੰਤਜ਼ਾਮ ਕੀਤਾ ਗਿਆ ਆ ਕਿ ਇਹ ਬੱਚੇ ਜਿਹੜੇ ਆ ਉਹ ਅੱਛੇ ਤਰੀਕੇ ਦੇ ਨਾਲ ਪੜ੍ਹ ਸਕਣ। ਸੋ ਤੁਸੀਂ ਇਹ ਕਲਾਸਰੂਮ ਨੂੰ ਵੀ ਜੇਕਰ ਦੇਖੋਗੇ ਤਾਂ ਬਹੁਤ ਹੀ ਖੂਬਸੂਰਤ ਕਲਾਸਰੂਮ ਆ। ਵੱਖ ਵੱਖ ਤਰ੍ਹਾਂ ਦੀਆਂ ਫੋਟੋਆਂ ਜਿਹੜੀਆਂ ਆ ਉਹ ਦੀਵਾਰਾਂ ਦੇ ਉੱਤੇ ਬਣਾਈਆਂ ਗਈਆਂ ਨੇ ਅਤੇ ਬੱਚੇ ਜਿਹੜੇ ਆ ਉਹ ਬੈਠ ਚੁੱਕੇ ਆ। ਅਤੇ ਹੁਣੇ ਹੀ ਸਮਾਰਟ ਕਲਾਸ ਜਦੋਂ ਸ਼ੁਰੂ ਹੋਏਗੀ ਤਾਂ ਫਿਰ ਤੁਸੀਂ ਦੇਖੋਗੇ ਕਿ ਕਿਵੇਂ ਇਹ ਇਸ ਕਲਾਸ ਨੂੰ ਇੰਜੋਏ ਕਰਦੇ ਆ ਅਤੇ ਪੜ੍ਹਦੇ ਆ। ਮੇਰਾ ਨਾਮ ਕਮਲਪ੍ਰੀਤ ਕੌਰ ਹੈ, ਮੈਂ ਸਰਕਾਰੀ ਐਲੀਮੈਂਟਰੀ ਸਕੂਲ ਦਬੁਰਜੀ ਲੁਬਾਣਾ ਵਿਖੇ ETT ਅਧਿਆਪਕਾ ਹਾਂ। ਕੁਝ ਮਹੀਨੇ ਪਹਿਲਾਂ ਸ਼੍ਰੀ ਰਾਜ ਮਹਿੰਦਰ ਜੀ ਵੱਲੋਂ ਅਤੇ ਟਾਟਾ ਕੰਪਨੀ ਜੀ ਵੱਲੋਂ ਸਾਡੇ ਸਕੂਲ ਦੇ ਵਿੱਚ ਪ੍ਰੋਜੈਕਟਰ ਇੰਸਟਾਲ ਕੀਤਾ ਗਿਆ ਔਰ ਉਹਦੇ ਵਿੱਚ ਸਮਾਰਟ ਕਲਾਸਰੂਮ ਦੀ ਸ਼ੁਰੂਆਤ ਕੀਤੀ ਗਈ। ਉਹਦੇ ਵਿੱਚ ਜਿਹੜਾ ਸੀਗਾ ਪ੍ਰੋਜੈਕਟਰ, ਉਹਦੇ ਵਿੱਚ ਇੱਕ ਲੈਪਟੋਪ ਹੈ, ਪ੍ਰੋਜੈਕਟਰ ਅਤੇ 2 ਸਪੀਕਰ ਲਗਾਏ ਗਏ ਹਨ। ਇਸ ਵਿੱਚ ਪ੍ਰੀ ਪ੍ਰਾਇਮਰੀ ਤੋਂ ਲੈ ਕੇ 5ਵੀਂ ਜਮਾਤ ਤੱਕ ਦਾ ਸਾਰਾ ਸਿਲੇਬਸ ਜਿਹੜਾ ਹੈ ਉਹ ਇੰਸਟਾਲ ਹੈ ਔਰ ਬੱਚੇ ਜਿਹੜੇ ਨੇ ਬੜੀ ਖੁਸ਼ੀ ਦੇ ਨਾਲ ਸਾਰੀਆਂ ਰਾਈਮਸ ਦੇਖਦੇ ਨੇ। ਆਪਣਾ ਜਿਹੜਾ ਸਿਲੇਬਸ ਹੈ ਉਹ ਬੜੀ ਮਤਲਬ ਮਜ਼ੇ ਦੇ ਨਾਲ ਇੰਜੋਏ ਕਰਕੇ ਵਾਚ ਕਰਦੇ ਨੇ, ਜਿਸ ਤਰ੍ਹਾਂ ਕਿ ਹੁਣ ਅਸੀਂ ਦਿਖਾ ਰਹੇ ਹਾਂ, ਔਰ ਬੱਚੇ ਬੜੇ ਇੰਟਰਸਟ ਦੇ ਨਾਲ ਸਾਰੇ ਸਿਲੇਬਸ ਨੂੰ ਇੰਜੋਏ ਕਰਦੇ ਆ। ਮੇਰੀ ਖੁਆਇਸ਼ ਹੈ ਕਿ ਸਾਰੇ ਸਰਕਾਰੀ ਸਕੂਲਾਂ ਵਿੱਚ ਇਸੇ ਤਰ੍ਹਾਂ ਦਾ ਪ੍ਰੋਜੈਕਟਰ ਜਿਹੜਾ ਡਾਟਾ ਵਿੰਡ ਕੰਪਨੀ ਵੱਲੋਂ ਜਿਹੜਾ ਲਗਾਇਆ ਗਿਆ ਇਹ ਹੋਣੇ ਚਾਹੀਦੇ ਆ, ਤਾਂ ਕਿ ਜਿਹੜਾ ਪ੍ਰੀ ਪ੍ਰਾਇਮਰੀ ਤੋਂ ਲੈ ਕੇ 5ਵੀਂ ਜਮਾਤ ਤੱਕ ਦਾ ਜਿਹੜਾ ਸਿਲੇਬਸ ਹੈ ਇਸਦਾ ਪੱਧਰ ਜਿਹੜਾ ਹੈ ਪੜ੍ਹਾਈ ਦਾ ਬਹੁਤ ਉੱਚਾ ਹੋ ਸਕੇ। ਕੀ ਕਰਨਾ ਆ, ਕਿਹੜੀ ਕਿਹੜੇ ਕਲਾਸਰੂਮ ਚ ਬੈਠੇ ਹੋਏ ਅਸੀਂ ਅੱਜ? ਸਮਾਰਟ ਕਲਾਸਰੂਮ। ਕੋਲ ਕਿਹੜਾ ਕਲਾਸ ਆ? ਸਮਾਰਟ ਕਲਾਸਰੂਮ। ਹਾਂਜੀ, ਸਮਾਰਟ ਕਲਾਸਰੂਮ, ਠੀਕ ਹੈ। ਹਾਂਜੀ, ਅੱਜ ਅਸੀਂ ਕਰਾਂਗੇ ਰਾਈਮਸ, ਸਟੋਰੀ ਐਂਡ ਕੁਝ ਹੋਰ ਵੀ, ਠੀਕ ਹੈ। ਇਹ ਸ਼ਿਵਾ ਪਰਮੋਹ ਇਹ ਸ਼ੁਭ ਕਰਮਨ ਤੇ ਕਬ ਹੋ ਨਾ ਤਰੋ। ਰੋਲੀ ਪੋਲੀ ਰੋਲੀ ਪੋਲੀ dance 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 hire je tere chitte wal tu rakh de mera kina khayal ਇਹਦੇ ਨਾਲ ਇੱਕ ਫਾਇਦਾ ਇਹ ਹੋ ਰਿਹਾ ਹੈ ਕਿ ਬੱਚੇ ਜਿਹੜੇ ਆਪਾਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਿਸ ਤਰ੍ਹਾਂ ਸਮਾਰਟ ਕਲਾਸਰੂਮ ਹੁੰਦੇ ਨੇ ਉਸੇ ਤਰ੍ਹਾਂ ਬੱਚਿਆਂ ਨੂੰ ਸਾਡੇ ਸਕੂਲਾਂ 'ਚ ਵੀ ਉਹ ਫੈਸਿਲਿਟੀਜ਼ ਮਿਲ ਰਹੀਆਂ ਨੇ। ਇਹਦੇ ਨਾਲ ਬੱਚਿਆਂ ਦਾ ਗਿਆਨ ਤਾਂ ਵੱਧਦਾ ਹੀ ਵੱਧਦਾ ਹੈ, ਨਾਲ ਹੀ ਬੱਚਿਆਂ ਨੂੰ ਇਹ ਹੁੰਦਾ ਹੈ ਕਿ ਅਸੀਂ ਵੱਧ ਤੋਂ ਵੱਧ ਸਕੂਲ ਜਾਣਾ ਹੈ, ਵੱਧ ਤੋਂ ਵੱਧ ਉਹ ਹਾਜ਼ਰ ਹੁੰਦੇ ਨੇ ਕਿ ਅਸੀਂ ਜਾ ਕੇ ਵੱਧ ਤੋਂ ਵੱਧ ਦੇਖ ਕੇ ਸਿੱਖਣਾ ਹੈ।
ਇਸ ਪ੍ਰੋਜੈਕਟਰ ਦੇ ਨਾਲ ਸਾਡਾ ਸਕੂਲ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸਮਾਰਟ ਸਕੂਲ ਦੀ ਸ਼੍ਰੇਣੀ ਵਿੱਚ ਆ ਗਿਆ, ਜਿਸ ਦਾ ਸਾਨੂੰ ਸਭ ਤੋਂ ਜ਼ਿਆਦਾ ਲਾਭ ਇਹ ਹੋਇਆ ਕਿ ਸਾਨੂੰ ਇਸ ਸਕੂਲ ਦੀ ਨੁਹਾਰ ਬਦਲਣ ਵਾਸਤੇ ਸਰਕਾਰੀ ਵਿਭਾਗ ਵੱਲੋਂ ਗ੍ਰਾਂਟ ਮਿਲ ਰਹੀ ਹੈ ਕਿ ਇਸ ਦੀ ਨੁਹਾਰ ਜਿਹੜੀ ਹੈ ਕਿ ਅਸੀਂ ਹੋਰ ਇਸ ਤੋਂ ਵਧੀਆ ਕਰ ਸਕੀਏ। ਸਭ ਤੋਂ ਫਾਇਦਾ ਇਹ ਹੋਇਆ ਹੈ ਕਿ ਪ੍ਰੀ ਪ੍ਰਾਇਮਰੀ ਤੋਂ ਲੈ ਕੇ ਪ੍ਰਾਇਮਰੀ ਪੰਜਵੀਂ ਕਲਾਸ ਤੱਕ ਦੇ ਬੱਚਿਆਂ ਨੂੰ ਕੋਈ ਵੀ ਸਿੱਖਣ ਦਾ ਜੋ ਵੀ ਕੰਸੈਪਟ ਹੈ ਉਹ ਬਹੁਤ ਹੀ ਜਲਦੀ ਔਰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਉਹਨਾਂ ਨੂੰ ਕਲੀਅਰ ਹੋ ਜਾਂਦਾ। ਸੋ ਵੱਖ ਵੱਖ ਸਕੂਲਾਂ ਦੇ ਵਿੱਚ ਜਾਣ ਤੋਂ ਬਾਅਦ ਦੇ ਵਿੱਚ, ਫੀਡਬੈਕ ਲੈਣ ਤੋਂ ਬਾਅਦ ਦੇ ਵਿੱਚ, ਬੱਚਿਆਂ ਨਾਲ ਗੱਲ ਕਰਨ ਤੋਂ ਬਾਅਦ ਦੇ ਵਿੱਚ ਇਹ ਪਤਾ ਚੱਲਿਆ ਆ ਕਿ ਬੱਚਿਆਂ ਦੀ ਜਿੱਥੇ ਐਡਮਿਸ਼ਨ ਦੇ ਵਿੱਚ ਕਾਫੀ ਜ਼ਿਆਦਾ ਵਾਧਾ ਹੋਇਆ ਆ, ਉਸ ਦੇ ਨਾਲ ਨਾਲ ਅਟੈਂਡੈਂਸ ਦੇ ਵਿੱਚ ਵੀ ਕਾਫੀ ਫਰਕ ਪਿਆ ਆ। ਸੋ ਡਾਟਾ ਵਿੰਡ ਦੀਆਂ ਸਮਾਰਟ ਕਲਾਸਿਸ ਵੱਖ ਵੱਖ ਸਰਕਾਰੀ ਸਕੂਲਾਂ ਦੇ ਵਿੱਚ ਸਫਲਤਾਪੂਰਵਕ ਚੱਲ ਰਹੀਆਂ ਨੇ ਅਤੇ ਬੱਚੇ ਸਹੀ ਤਰੀਕੇ ਦੇ ਨਾਲ ਪੜ੍ਹਾਈ ਕਰ ਰਹੇ ਨੇ ਅਤੇ ਸੌਖੇ ਤਰੀਕੇ ਦੇ ਨਾਲ ਸਮਾਰਟ ਕਲਾਸਿਸ ਦੇ ਥਰੂ ਬਹੁਤ ਕੁਝ ਸਿੱਖ ਰਹੇ ਨੇ। ਸੋ NRI ਵੀਰਾਂ ਨੂੰ ਇਹ ਬੇਨਤੀ ਆ ਕਿ ਉਹ ਅੱਗੇ ਆਉਣ ਅਤੇ ਸਹਿਯੋਗ ਕਰਨ ਅਤੇ ਪੰਜਾਬ ਦੇ ਵਿੱਚ ਵੱਖ ਵੱਖ ਸਰਕਾਰੀ ਸਕੂਲਾਂ ਤੱਕ ਪ੍ਰਾਈਵੇਟ ਸਕੂਲਾਂ ਦੀ ਤਰ੍ਹਾਂ ਸਮਾਰਟ ਕਲਾਸਿਸ ਪਹੁੰਚਾਈਆਂ ਜਾਣ।